ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ ਅਤੇ ਚੈਨਲ ਸਤਰੰਗ ਦੇ ਪ੍ਰੋਗਰਾਮ ਸਤਰੰਗ ਸੈਲੀਬ੍ਰਿਟੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਤੇ ਅੱਜ ਦਾ ਇਹ ਸਾਡਾ ਐਪੀਸੋਡ ਬਹੁਤ ਹੀ ਖਾਸ ਹੋਣ ਵਾਲਾ ਹੈ, ਕਿਉਂਕਿ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਨਹੀਂ ਦੋ ਦੋ ਗੈਸਟ ਮੌਜੂਦ ਨੇ। ਅਤੇ ਇਹ ਜੋ ਦੋ ਗੈਸਟ ਅਸੀਂ ਸਟੂਡੀਓ ਦੇ ਵਿੱਚ ਬੁਲਾਏ ਨੇ, ਇਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਾਇਰਲ ਹਨ। ਅਤੇ ਮੇਰੀ ਮੁਰਾਦ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਦੇਸੀ ਦਬੰਗ ਦੀ ਟੀਮ ਤੋਂ ਲਵ ਚੰਨਣਗੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਉਹਨਾਂ ਦੇ ਨਾਲ ਦੇਵ ਸੰਧੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਹ ਦਈ ਜਾਂਦੇ ਮਨਜ਼ੂਰੀਆਂ ਨੇ ਲੋਚਪੁਣੇ ਨੂੰ, ਅਰਸੇ ਹੀ ਹੋ ਗਏ ਨੇ ਚੰਗਾ ਸੁਣੇ ਨੂੰ। ਸਵਾਗਤ ਹੈ ਭਾਅ ਜੀ ਤੁਹਾਡਾ ਦੋਵਾਂ ਦਾ ਸਾਡੇ ਸਟੂਡੀਓ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫੈਮਿਲੀ ਬੈਕਗਰਾਉਂਡ ਦੀ, ਸਾਡੇ ਦਰਸ਼ਕਾਂ ਨੂੰ ਪਹਿਲਾਂ ਤਾਂ ਆਪਣੇ ਫੈਮਿਲੀ ਬੈਕਗਰਾਉਂਡ ਬਾਰੇ ਥੋੜ੍ਹਾ ਦੱਸੋ। ਫੈਮਿਲੀ ਬੈਕਗਰਾਉਂਡ ਮੇਰਾ, ਮੈਂ ਅਸੀਂ ਚਾਰ ਭਰਾ ਹਾਂ ਜੀ, ਅਤੇ ਦੋ ਸਿਸਟਰ ਨੇ, ਅਤੇ ਮਾਤਾ ਜੀ ਨੇ ਅਤੇ ਪਾਪਾ ਜੀ ਮੇਰੇ ਬਚਪਨ 'ਚ ਐਕਸਪਾਇਰ ਹੋ ਗਏ ਸੀਗੇ। ਪਿੰਡ ਮੇਰਾ ਚੰਨਣਗੇ ਆ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਦੇਵ ਭਾਅ ਜੀ ਤੁਹਾਡਾ? ਜੇ ਫੈਮਿਲੀ ਬੈਕਗਰਾਉਂਡ ਦੀ ਗੱਲ ਕਰੀਏ ਤਾਂ ਤਿੰਨ ਬ੍ਰਦਰ ਹਾਂ ਆਪਾਂ, ਮੰਮੀ ਪਾਪਾ ਨੇ, ਤਾਂ ਪਿੰਡ ਮੇਰਾ ਅੰਮੋ ਨੰਗਲ, ਅਤੇ ਡਿਸਟ੍ਰਿਕਟ ਗੁਰਦਾਸਪੁਰ, ਅਤੇ ਤਹਿਸੀਲ ਬਟਾਲਾ ਜੀ। ਅਤੇ ਗੱਲ ਚੱਲੀਏ ਸਿੰਗਿੰਗ ਦੀ, ਅਤੇ ਹੁਣ ਆਪਾਂ ਗੱਲ ਕਰਦੇ ਜਿਵੇਂ ਆਮ ਤੌਰ 'ਤੇ ਪੰਜਾਬ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਗਾਇਕੀ ਦੇ ਵਿੱਚ, ਡਿਊਟ ਗਾਇਕੀ ਦੇ ਵਿੱਚ ਤਾਂ ਮੇਲ ਅਤੇ ਫੀਮੇਲ ਦਾ ਕੋਂਬੀਨੇਸ਼ਨ ਚੱਲਦਾ, ਪਰ ਤੁਹਾਡਾ ਦੋਵਾਂ ਦਾ ਜਿਵੇਂ ਕਿ ਦੇਖਿਆ ਜਾਵੇ ਇੰਨੀ ਘੱਟ ਉਮਰ ਦੇ ਵਿੱਚ ਤੁਸੀਂ ਦੋਵਾਂ ਨੇ ਡਿਊਟ ਗਾਉਣਾ ਸ਼ੁਰੂ ਕੀਤਾ, ਅਤੇ ਉਹ ਵੀ ਮੇਲ, ਅਤੇ ਤੁਹਾਡਾ ਦੋਵਾਂ ਦਾ ਮੇਲ ਕਿੱਦਾਂ ਹੋਇਆ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ। ਸਾਡੇ ਦੋਨਾਂ ਦੇ ਜਿਹੜੇ ਰਿਲੇਸ਼ਨ ਆ ਉਹ ਬਹੁਤ ਅੱਛੇ ਆ, ਅਤੇ ਇਹਨੂੰ ਵੀਰ ਨੂੰ ਮੇਰੇ ਨਾਲ ਮਿਲੇ ਨੂੰ ਤਕਰੀਬਨ 10 ਕੁ ਮਹੀਨੇ ਹੋ ਗਏ, ਅਤੇ ਫੇਸਬੁੱਕ ਫਰੈਂਡ ਸੀਗੇ ਆਪਾਂ ਦੋਨੋਂ, ਅਤੇ ਇਹਨੂੰ ਗਾਉਣ ਦਾ ਸ਼ੌਂਕ ਸੀਗਾ, ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਲਿਖਦਾ ਸੀ, ਅਤੇ ਇਹਨੇ ਮੇਰੇ ਨਾਲ ਕੰਟੈਕਟ ਕੀਤਾ, ਅਤੇ ਬਾਕੀ ਦੱਸਣ ਗਿਆ ਉਹ ਵੀਰ ਹੋਣੀ। ਬਹੁਤ ਸਾਰੀਆਂ ਵੀਡੀਓਜ਼ ਇਹਨਾਂ ਯੂਟਿਊਬ 'ਤੇ ਪਾਈਆਂ ਸੀਗੀਆਂ, ਅਤੇ ਮੈਂ ਵੀਡੀਓ ਦੇਖ ਕੇ ਮੈਂ ਚਾਹੇ ਕੋਈ ਬੰਦੇ 'ਚ ਲੱਗਦਾ ਵਾ ਕੋਈ ਗੱਲਬਾਤ ਹੈਗੀ ਆ, ਇਸ ਕਰਕੇ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਕਰਕੇ, ਤੋਂ ਬਾਅਦ ਫਿਰ ਫੋਨ ਫਾਨ ਦਾ ਨੰਬਰ ਲਿਆ ਫੇਸਬੁੱਕ ਤੋਂ ਵਗੈਰਾ ਨੰਬਰ ਲੈ ਕੇ, ਤਾਂ ਬਾਅਦ ਫਿਰ ਗੱਲਬਾਤ ਹੋਈ, ਉਸ ਤੋਂ ਬਾਅਦ ਉਸ ਦਿਨ ਤੋਂ ਅੱਜ ਤੱਕ ਇਕੱਠੇ ਹੀ ਆਪਾਂ। ਜਵਾਕ ਪੁੱਠੇ ਕੰਮਾਂ ਵਿੱਚ ਪੈਣ ਲੱਗ ਪਏ, ਉਹ ਸੰਨੀ ਲਿਉਣ ਦੀਆਂ ਚੱਲੀ ਜਾਣ ਫਿਲਮਾਂ, ਸਾਰੇ ਦਾਰਾਂ ਦੇ ਗਾਣਿਆਂ ਤੇ ਬੈਣ ਲੱਗ ਪਏ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਸਾਇੰਸ ਗਾਣਾ, ਜਿਵੇਂ ਤੁਹਾਡਾ ਬਹੁਤ ਹੀ ਜ਼ਿਆਦਾ ਇੱਕ ਵਾਇਰਲ ਹੋਇਆ ਸੀ ਗਾਣਾ ਫੇਸਬੁੱਕ 'ਤੇ, ਸਾਰੇ ਦਰਸ਼ਕਾਂ ਨੇ ਬਹੁਤ ਲਾਈਕ ਕੀਤਾ, ਅਤੇ ਪਹਿਲਾਂ ਤਾਂ ਮੈਂ ਚਾਹੁੰਦਾ ਕਿ ਸਾਇੰਸ ਗਾਣੇ ਦੀਆਂ 2 ਕੁ ਲਾਈਨਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਸਾਂਝੀਆਂ ਕਰੋ। ਉਹ ਕਦੇ ਆਖਦੇ ਨੇ ਸਾਇੰਸ ਵਾਲੇ ਰਾਤ ਨਹੀਂ ਉਹ ਪੈਣੀ, ਉਹ ਕਦੇ ਦਿੰਦੇ ਨੇ ਬਿਆਨ ਇਹ ਦੁਨੀਆ ਨਹੀਂ ਰਹਿਣੀ, ਉਹ ਕਦੇ ਆਖਦੇ ਨੇ ਸਾਇੰਸ ਵਾਲੇ ਰਾਤ ਨਹੀਂ ਉਹ ਪੈਣੀ, ਉਹ ਕਦੇ ਦਿੰਦੇ ਨੇ ਬਿਆਨ ਇਹ ਦੁਨੀਆ ਨਹੀਂ ਰਹਿਣੀ, ਉਹ ਹੱਥ ਮੱਥੇ ਉੱਤੇ ਮਾਰੋ ਅਗਿਆਨੀਓ, ਓਏ ਹੋਣਾ ਬਹੁਤ ਕੁਝ ਜੱਗ ਉੱਤੇ ਬਾਕੀ ਏ, ਉਹ ਕਦੋਂ ਮੁੱਕਣੀ ਆ ਦੁਨੀਆ ਓ ਜਾਣਦਾ, ਉਹ ਤੁਸੀਂ ਮੀਂਹ ਮੂੰਹ ਦਾ ਦੱਸੀ ਜਾਓ ਕਾਫੀ ਏ। ਕਿਆ ਬਾਤ ਹੈ ਭਾਜੀ, ਤੁਸੀਂ ਤਾਂ ਸਾਇੰਸ ਵਾਲਿਆਂ ਨੂੰ ਵੀ ਛੱਡਿਆ, ਉਹਨਾਂ ਉੱਥੇ ਵੀ ਤਵਾ ਲਗਾਤਾ। ਬਾਹਰੋਂ ਫੋਨ ਆਇਆ ਕਿਸੇ ਵੀਰ ਦਾ, ਅਤੇ ਇੱਕ ਪੰਜਾਬ 'ਚ ਰੌਲਾ ਬੜਾ ਚੱਲਦਾ ਪਿਆ ਸੀਗਾ ਕਿ ਕੋਈ ਵਾਲ ਕੱਟ ਜਾਂਦਾ ਆਣ ਕੇ, ਮੇਰੇ ਖਿਆਲ ਨਾਲ ਸ਼ਾਇਦ ਕਿ ਚੜੇਲ ਦਾ ਨਾਂ ਨੂੰ ਲੱਗਦਾ ਸੀਗਾ, ਅਤੇ ਮੈਨੂੰ ਇੱਕ ਫੋਰਨ ਤੋਂ ਕਾਲ ਆਈ, ਅਤੇ ਰਾਤ ਕੁਝ 10:30 ਦਾ ਤਕਰੀਬਨ ਵੇਲਾ ਹੋਣਾ, ਅਤੇ ਉਹ ਮੈਨੂੰ ਕਹਿੰਦੇ ਕਿ ਭਾਅ ਜੀ ਮਤਲਬ ਆਹ ਰੌਲਾ ਚੱਲਦਾ ਵਾ, ਤੁਸੀਂ ਇਸ ਰੌਲੇ ਦੇ ਵਿੱਚ ਕੋਈ ਗੱਲ ਇੱਦਾਂ ਦੀ ਲਾਓਗੇ ਜਿਹੜੀ ਅਸਲੀਅਤ ਹੋਵੇ, ਲੋਕਾਂ ਨੂੰ ਵਧੀਆ ਵੀ ਲੱਗੇ। ਅਤੇ ਉਸ ਤੋਂ ਬਾਅਦ ਜਿਹੜਾ ਉਹਦਾ ਅਗਲਾ ਅੰਤਰਾ ਸੀਗਾ, ਅਤੇ ਉਹ ਗਾਣਾ ਜਦੋਂ ਮੈਂ ਇਹਨੂੰ ਭੇਜਿਆ, ਇਹਦੇ ਮੰਮਾ ਪਾਪਾ ਨੇ ਸੁਣਿਆ, ਸਾਰਿਆਂ ਨੇ ਤਾਂ ਬੜਾ ਪਸੰਦ ਕੀਤਾ, ਅਗਲੇ ਦਿਨ ਅਸੀਂ ਉਹ ਵਾਇਰਲ ਕਰਤਾ ਗਾਣਾ, ਅਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਉਹਦਾ ਅਗਲਾ ਅੰਤਰਾ ਸੀਗਾ ਗਾਣੇ ਦਾ। ਉਹ ਪਾਲੇ ਵਹਿਮਾਂ ਵੱਲੋਂ ਦੱਸਾਂ ਕੀ ਕਮਾਲ ਹੋਇਆ, ਉਹ ਕੱਟੇ ਕਈਆਂ ਦੇ ਚੜੇਲਾਂ ਵੱਲੋਂ ਵਾਲ ਹੋਇਆ, ਉਹ ਪਾਲੇ ਵਹਿਮਾਂ ਵੱਲੋਂ ਦੱਸਾਂ ਕੀ ਕਮਾਲ ਹੋਇਆ, ਉਹ ਕੱਟੇ ਕਈਆਂ ਦੇ ਚੜੇਲਾਂ ਵੱਲੋਂ ਵਾਲ ਹੋਇਆ, ਉਹ ਲਵ ਚੰਨਣ ਕੇ ਚਾਹੁੰਦੇ ਟੀ ਆਰ ਪੀ ਖੇਡੀ ਇਹਨਾਂ ਵੱਲੋਂ ਸਾਰੀ ਇਹ ਚਲਾਕੀਏ, ਉਹ ਕਦੋਂ ਮੁੱਕਣੀ ਆ ਦੁਨੀਆ ਓ ਜਾਣਦਾ, ਉਹ ਤੁਸੀਂ ਮੀਂਹ ਮੂੰਹ ਦਾ ਦੱਸੀ ਜਾਓ ਕਾਫੀਏ। ਭਾਅ ਜੀ ਤੁਸੀਂ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕਿਸੇ ਕੋਲੋਂ ਸਿੱਖਦੇ ਵੀ ਹੋ? ਹਾਂਜੀ ਅਸੀਂ ਸਿੱਖਦੇ ਹਾਂ ਜੀ ਬਟਾਲੇ ਤੋਂ, ਸਾਡੇ ਬਹੁਤ ਰਿਸਪੈਕਟਡ ਮਨਦੀਪ ਭਾਅ ਜੀ ਸਾਡੇ ਉਸਤਾਦ ਨੇ, ਅਤੇ ਸੁਖਣਾ ਗਾਣੇ ਦਾ ਮਿਊਜ਼ਿਕ ਵੀ ਉਹਨਾਂ ਨੇ ਹੀ ਕਰਿਆ ਵਾ।
ਕਹਿੰਦੀ ਕਰ ਜੱਟਾ ਮਿਹਨਤ ਤੂੰ ਦੱਬ ਕੇ ਉਹ ਸਾਰੀ ਦੁਨੀਆ ਦੇ ਵਹਿਮ ਜਿਹੇ ਕੱਢ ਦੇ ਹੁਣ ਸੁੱਟ ਦੇ ਟਰੈਕ ਕੋਈ ਚੱਕਵਾ ਹੋਰ ਕਿੰਨੀ ਦੇਰ ਰੁਕਣਾ ਕਹਿੰਦੀ ਜੱਟਾ ਕਹਿੰਦੀ ਜੱਟਾ ਕਹਿੰਦੀ ਜੱਟਾ ਕਹਿੰਦੀ ਜੱਟਾ ਕਹਿੰਦੀ ਜੱਟਾ ਛੇਤੀ ਛੇਤੀ ਗਾਣਾ ਕਰ ਦੇ ਸੁੱਖੀਆਂ ਜੋ ਲਾਵਾਂ ਸੁੱਖਣਾ ਕਹਿੰਦੀ ਜੱਟਾ ਛੇਤੀ ਛੇਤੀ ਗਾਣਾ ਕਰ ਦੇ ਸੁੱਖੀਆਂ ਜੋ ਲਾਵਾਂ ਸੁੱਖਣਾ ਹੋ ਹਾਂ ਤੇ ਭਾਅ ਜੀ ਜਿਵੇਂ ਹਰ ਇੱਕ ਆਰਟਿਸਟ ਦਾ ਆਪਣਾ ਫੇਵਰੇਟ ਸਿੰਗਰ ਜਾਂ ਗੀਤਕਾਰ ਦਾ ਗੀਤਕਾਰ ਹੁੰਦਾ ਹੈ ਨਾ ਲੇਰਿਸਿਸਟ ਦਾ ਅਤੇ ਤੁਹਾਡਾ ਫੇਵਰੇਟ ਕੌਣ ਹੈ ਜਿਹੜਾ ਮੈਂ ਜਿਨ੍ਹਾਂ ਦਾ ਗਾਣੇ ਸੁਣਦਾ ਫੈਨ ਹੈ ਜਿਨ੍ਹਾਂ ਦਾ ਬੱਬੂ ਮਾਨ ਭਾਅ ਜੀ ਦਾ ਮੈਂ ਬਹੁਤ ਤਕੜਾ ਫੈਨ ਹਾਂ ਅਤੇ ਤਰਸੇਮ ਜੱਸਰ ਭਾਅ ਜੀ ਦੀ ਕਲਮ ਜਿਹੜੀ ਮੈਨੂੰ ਬਹੁਤ ਪਿਆਰੀ ਲੱਗਦੀ ਆ ਸੋ ਆਪਣੇ ਮਾਨ ਸਾਹਿਬ ਨੇ ਆਪਾਂ ਉਹਨਾਂ ਦੇ ਫੈਨ ਹਾਂ ਮੈਨੂੰ ਲੱਗਦਾ ਤੁਸੀਂ ਹੁਣੇ ਹੁਣੇ ਉਹਨਾਂ ਨੂੰ ਮਿਲ ਕੇ ਵੀ ਆਏ ਹੋ ਅਸੀਂ ਆਏ ਸੀਗੇ ਚੰਡੀਗੜ੍ਹ ਪ੍ਰਮੋਸ਼ਨ ਲਈ ਕਿਸੇ ਮੌਲ ਦੇ ਵਿੱਚ ਅਤੇ ਮੈਂ ਅਤੇ ਦੇਵ ਗਏ ਮਿਲਣ ਬਾਈ ਹੁਣਾਂ ਨੂੰ ਅਤੇ ਸਾਨੂੰ ਬਹੁਤ ਖੁਸ਼ ਹੋ ਕੇ ਮਿਲੇ ਅਤੇ ਸਾਡੇ ਲਈ ਬੜੀ ਵੱਡੀ ਗੱਲ ਸੀਗੀ ਸੱਚ ਜਾਣਿਓ ਕਿ ਉਹਨਾਂ ਦੇ ਨੇੜੇ ਜਾ ਕੇ ਉਹਨਾਂ ਨੂੰ ਟੱਚ ਕਰਨਾ ਅਤੇ ਜਦੋਂ ਉਹਨਾਂ ਨੂੰ ਮੈਂ ਨੇੜਿਓਂ ਦੇਖਿਆ ਤਾਂ ਮੇਰੀ ਸੱਚੀ ਗੱਲ ਆ ਹਾਰਟ ਬੀਟ ਮੇਰੀ ਵੱਧ ਗਈ ਅਤੇ ਮੈਂ ਉਹਨਾਂ ਦਾ ਹੱਥ ਫੜ ਕੇ ਮੈਂ ਕਿਹਾ ਕਿ ਮੈਂ ਕਿਹਾ ਭਾਅ ਜੀ ਮੈਂ ਫਸਟ ਟਾਈਮ ਤੁਹਾਨੂੰ ਇੰਨੀ ਨੇੜਿਓਂ ਦੇਖਿਆ ਅਤੇ ਮੇਰੀ ਹਾਰਟ ਬੀਟ ਵੱਧ ਗਈ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਬੇਟਾ ਤੇਰੇ ਕੋਲ ਹੀ ਹਾਂ ਮੈਂ ਸਾਡੇ ਇੱਕ ਦੋ ਕੰਮ ਫਸੇ ਸੀ ਉਦਣ ਚੰਡੀਗੜ੍ਹ ਦੇ ਵਿੱਚ ਤਾਂ ਇੰਨੇ ਲੱਕੀ ਸਾਬਤ ਹੋਏ ਕਿ ਸਾਡੇ ਕੰਮ ਮਿਲ ਗਏ ਜੀ ਭਾਅ ਜੀ ਬਿਲਕੁਲ ਸਹੀ ਕਿਹਾ ਕਿਉਂਕਿ ਬੱਬੂ ਮਾਨ ਸਾਹਿਬ ਜੋ ਕਿ ਪੰਜਾਬ ਦੇ ਇੱਕ ਲੈਜੈਂਡਰੀ ਗਾਇਕ ਨੇ ਅਤੇ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਜੋ ਨਵੀਂ ਪੀੜ੍ਹੀ ਹੈ ਉਹ ਉਹਨਾਂ ਨੂੰ ਹੀ ਜ਼ਿਆਦਾ ਸੁਣਨਾ ਅਤੇ ਗਾਉਣਾ ਪਸੰਦ ਕਰਦੀ ਹੈ ਉਹਨਾਂ ਦੇ ਹੀ ਗੀਤ ਅਤੇ ਇਹ ਪੂਰੇ ਪੰਜਾਬ ਲਈ ਸਾਰੀ ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਹੁਣੇ ਜਰਮਨੀ ਦੇ ਵਿੱਚ ਜਾ ਕੇ ਡੈਫ ਮਾਮਾ ਮਿਊਜ਼ਿਕ ਅਵਾਰਡਸ ਦੇ ਵਿੱਚ ਦੋ ਮਿਊਜ਼ਿਕ ਅਵਾਰਡਸ ਹਾਸਿਲ ਕੀਤੇ ਨੇ ਅਤੇ ਭਾਅ ਜੀ ਪਿੱਛੇ ਜੇ ਤੁਹਾਡਾ ਇੱਕ ਗਾਣਾ ਆਇਆ ਸੀਗਾ ਬੈਨ ਲੱਗਦੇ ਜੋ ਕਿ ਸਨੀ ਲਿਓਨ 'ਤੇ ਸੀਗਾ ਅਤੇ ਸਨੀ ਲਿਓਨ ਉੱਤੇ ਹੀ ਗਾਣਾ ਕਰਨ ਦਾ ਕੋਈ ਕਾਰਨ ਪਹਿਲਾਂ ਤਾਂ ਮੈਂ ਦੱਸਦਾ ਕਿ ਮੈਂ ਸੋਸ਼ਲ ਨੈਟਵਰਕ 'ਤੇ ਉਹ ਗਾਣਾ ਵਾਇਰਲ ਕੀਤਾ ਸੀਗਾ ਅਤੇ ਕਾਫੀ ਪਿਆਰ ਮਿਲਿਆ ਦੇਵ ਦੇ ਨਾਲ ਕੰਟੈਕਟ ਹੋ ਗਿਆ ਅਤੇ ਇੱਕ ਸਾਡਾ ਨਾਲ ਸੀਗਾ ਰਮਨ ਪ੍ਰਧਾਨ ਭਾਅ ਜੀ ਮੈਂ ਬਿਲਕੁਲ ਉਸ ਪਾਸੇ ਵੀ ਆਉਣਾ ਸੀ ਕਿਉਂਕਿ ਜਦੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਆਪਣਾ ਗਾਣੇ ਦੇ ਨਾਲ ਡੈਬਿਊ ਕੀਤਾ ਸੀਗਾ ਬੈਨ ਲੱਗਦੇ ਅਤੇ ਉਦੋਂ ਤੁਹਾਡੀ ਤਿੰਨ ਜਣਿਆਂ ਦੀ ਟੀਮ ਹੁੰਦੀ ਸੀਗੀ ਲਵ ਚੰਨਣ ਕੇ ਦੇਵ ਸੰਧੂ ਅਤੇ ਤੀਸਰੇ ਸੀ ਰਮਨ ਪ੍ਰਧਾਨ ਜੋ ਸਾਡੇ ਦਰਸ਼ਕਾਂ ਨੂੰ ਨਹੀਂ ਪਤਾ ਅਤੇ ਉਹ ਤਿੰਨ ਜਣਿਆਂ ਦੀ ਟੀਮ ਦੇ ਵਿੱਚੋਂ ਦੋ ਜਣਿਆਂ ਦਾ ਰਹਿਣ ਦਾ ਕੀ ਕਾਰਨ ਹੈ ਤਾਂ ਰਹਿ ਗਏ ਹਾਂ ਜੀ ਉਹ ਵੀਰਾ ਆਪਣੀ ਲਾਈਨ 'ਚ ਬਿਜ਼ੀ ਰਹਿ ਗਿਆ ਵੀਡੀਓ ਡਾਇਰੈਕਟਰੀ ਦੀ ਲਾਈਨ 'ਚ ਉਹਦਾ ਮੈਂ ਇਹ 'ਚ ਪ੍ਰੋਫੈਸ਼ਨਲ ਹੋਣਾ ਅਤੇ ਇਸ ਕਰਕੇ ਆਪਾਂ ਉਹਨੂੰ ਜ਼ੋਰ ਨਹੀਂ ਪਾਇਆ ਜ਼ਿਆਦਾ ਉੱਦਾਂ ਸਾਡੀ ਟੀਮ ਵਰਕ ਹੀ ਚੱਲਦਾ ਸਾਰਾ ਟੀਮ ਵਰਕ ਦੇਸੀ ਦਿਮਾਗ ਦਾ ਟੀਮ ਵਰਕ ਹੀ ਹੈ ਸਾਰਾ ਇਹ ਸਨੀ ਲਿਓਨ ਜਦੋਂ ਆਪਾਂ ਗਾਣਾ ਕਰਿਆ ਨਾ ਪੰਜਾਬ ਦੇ ਵਿੱਚ ਕੋਈ ਵੀ ਕੰਪਨੀ ਲਾਂਚ ਨਹੀਂ ਕਰਦੀ ਉਹਨੂੰ ਕਈਆਂ ਤੋਂ ਆਇਆ ਉਹਨੂੰ ਰਿਸਪੋਂਸ ਵੀ ਭਾਅ ਜੀ ਜੇ ਕਿਆ ਬੇਦਿਆ ਹਮੇ ਮਰਵਾਉਣਾ ਹੈ ਕਿਆ ਗਾਣਾ ਕਾਫੀ ਕੰਪਨੀਆਂ ਕੋਲ ਲੈ ਕੇ ਗਏ ਅਸੀਂ ਅਤੇ ਕੋਈ ਵੀ ਕੰਪਨੀ ਪ੍ਰਮੋਟ ਕਰਨ ਲਈ ਰਾਜ਼ੀ ਨਹੀਂ ਹੋਈ ਅਤੇ ਅਸੀਂ ਬੜੇ ਹੈਰਾਨ ਗਏ ਯਾਰ ਕੀ ਯਾਰ ਇਹ 'ਚ ਗਾਣੇ 'ਚ ਕੀ ਆ ਅਤੇ ਫਿਰ ਕਈ ਕੁਝ ਲੋਕਾਂ ਨੇ ਸਾਨੂੰ ਡਰਾ ਦਿੱਤਾ ਕਿ ਵੀਰੇ ਕੇਸ ਹੋ ਜਾਣਾ ਅਤੇ ਉਸ ਤੋਂ ਬਾਅਦ ਗੱਲਬਾਤ ਕਰਦਿਆਂ ਕਰਦਿਆਂ ਲਿੰਕ ਬਣਦਿਆਂ ਫਿਰ ਸਤਰੰਗ ਇੰਟਰਟੇਨਮੈਂਟ ਦੇ ਨਾਲ ਗੱਲ ਬਣ ਗਈ ਸਾਡੀ ਅਤੇ ਉਹਨਾਂ ਭਾਅ ਜੀ ਹੁਣਾਂ ਨੇ ਕਿਹਾ ਕਿ ਤੁਹਾਨੂੰ ਆਪਾਂ ਐਡ ਦੇ ਦਾਂਗੇ ਅਤੇ ਲਿਆ ਤਾਂ ਉਹਨਾਂ ਵੀ ਚਲੋ ਰਿਸਕੀ ਸੀਗਾ ਅਤੇ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਗਾਣਾ ਮਤਲਬ ਥੋੜ੍ਹਾ ਡਿਫੀਕਲਟ ਆ ਅਤੇ ਚਲੋ ਪਰਮਾਤਮਾ ਦਾ ਨਾਂ ਲੈ ਕੇ ਉਹਨਾਂ ਵੀਰਾਂ ਨੇ ਸਪੋਰਟ ਕੀਤੀ ਜੀ ਭਾਅ ਜੀ ਸੋਹਲ ਸਾਹਿਬ ਜੋ ਕਿ ਪੰਜਾਬ ਦੇ ਬਹੁਤ ਹੀ ਰਿਨਾਊਂਡ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਕਿ ਆਪਣੀ ਕੰਪਨੀ ਸਤਰੰਗ ਐਂਟਰਟੇਨਰਸ ਦੇ ਵਿੱਚੋਂ ਕਾਫੀ ਹਿੱਟ ਸਿੰਗਰਸ ਦਿੱਤੇ ਨੇ ਮਾਰਕੀਟ ਦੇ ਵਿੱਚ ਅਤੇ ਉਹ ਪੰਜਾਬੀ ਸੱਭਿਆਚਾਰ ਦੀ ਅਤੇ ਪੰਜਾਬੀ ਮਾਂ ਬੋਲੀ ਦੀ ਬਹੁਤ ਜ਼ਿਆਦਾ ਹੌਂਗਕੌਂਗ ਵਿੱਚ ਰਹਿੰਦੇ ਹੋਏ ਵੀ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਹਰ ਸਾਲ ਮੇਲਾ ਤੀਆਂ ਦਾ ਉੱਥੇ ਕਰਵਾਉਂਦੇ ਨੇ ਉੱਥੇ ਦੀ ਜੋ ਲੇਡੀਜ਼ ਨੇ ਉਹਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਨੇ ਅਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਹਾਡਾ ਜੋ ਪਹਿਲਾ ਗਾਣਾ ਆਇਆ ਸੀ ਇਸ ਇੰਡਸਟਰੀ ਦੇ ਵਿੱਚ ਬੈਨ ਲੱਗਦੇ ਉਹ ਸਤਰੰਗ ਐਂਟਰਟੇਨਰਸ ਦੇ ਵਿੱਚੋਂ ਆਇਆ ਸੀ ਅਤੇ ਹੁਣ ਆਪਾਂ ਆਉਂਦੇ ਹਾਂ ਇੱਕ ਨਵੇਂ ਮੁੱਦੇ ਉੱਤੇ ਕਿਉਂਕਿ ਤੁਹਾਡਾ ਪਿੱਛੇ ਜਿਹੇ ਇੱਕ ਹੋਰ ਗਾਣਾ ਵਾਇਰਲ ਹੋਇਆ ਸੀ ਮੁੱਦਾ ਸੋ ਮੈਂ ਚਾਹੁੰਦਾ ਕਿ ਉਹਦੀਆਂ ਦੋ ਕੁ ਲਾਈਨਾਂ ਸਾਡੇ ਦਰਸ਼ਕਾਂ ਨਾਲ ਤੁਸੀਂ ਜ਼ਰੂਰ ਸ਼ੇਅਰ ਕਰੋ
ਓ ਮੁੱਦਿਆਂ ਦੀ ਗੱਲ ਵੀ ਕੋਈ ਕਰ ਲੋ ਓ ਬਸ ਲਾਣ ਤੇ ਹੀ ਗਾਈ ਜਾਂਦੇ ਓ ਲੋਕੀ ਹੋਰ ਵੀ ਦਲੇਰ ਬੜੇ ਨੇ ਓ ਵੈਲੀ ਜੱਟਾਂ ਨੂੰ ਵਿਖਾਈ ਜਾਂਦੇ ਓ ਸਦਾ ਠੋਕਵੀਆਂ ਗੱਲਾਂ ਅਸੀਂ ਕਰਦੇ ਓ ਸਦਾ ਠੋਕਵੀਆਂ ਗੱਲਾਂ ਅਸੀਂ ਕਰਦੇ ਓ ਭਾਵੇਂ ਬਹਿਣਾ ਨਹੀਂ ਓ ਸਰਕਾਰਾਂ ਚ ਓ ਸੱਚ ਬੋਲਣ ਲਈ ਚਾਹੀਦਾ ਏ ਹੌਸਲਾ ਜੋ ਉਹਦੀ ਕਿਰਪਾਣਾ ਬਹੁਤ ਯਾਰਾਂ ਚ ਉਹ ਸੱਚ ਬੋਲਣ ਲਈ ਚਾਹੀਦਾ ਏ ਹੌਸਲਾ ਜੋ ਉਹਦੀ ਕਿਰਪਾਣਾ ਬਹੁਤ ਯਾਰਾਂ ਚ ਕਾਫੀ ਸਰੋਤਿਆਂ ਨੇ ਪਿਆਰ ਦਿੱਤਾ ਹੁਣ ਤੇ ਫੋਨ ਕਾਲਸ ਵੀ ਕਾਫੀ ਆਉਂਦੀਆਂ ਕਿ ਇਹ ਗਾਣਾ ਤੁਸੀਂ ਕਰੋ ਕਿਉਂਕਿ ਜਦੋਂ ਹੁਣ ਗਾਣਾ ਲਿਖੀਦਾ ਵਾ ਨਾ ਮਾਲਕ ਪਰਮਾਤਮਾ ਕਿਰਪਾ ਕਰੇ ਲਿਖਾਈ ਜਾਂਦਾ ਲਿਖੀ ਜਾਂਦੇ ਆ ਜੀ ਤੁਸੀਂ ਬਿਲਕੁਲ ਸਹੀ ਕਿਹਾ ਲਵ ਜੀ ਕਿਉਂਕਿ ਹਮੇਸ਼ਾ ਗਾਣੇ ਜਾਂ ਕੋਈ ਵੀ ਕਹਿ ਲਓ ਚੀਜ਼ ਉਹੀ ਚੱਲਦੀ ਹੈ ਜੋ ਰਿਐਲਿਟੀ ਬੇਸਡ ਹੋਵੇ ਆਪਣੇ ਅਸਲ ਜ਼ਿੰਦਗੀ ਦੇ ਬਹੁਤ ਜ਼ਿਆਦਾ ਨੇੜੇ ਹੋਵੇ ਕਿਉਂਕਿ ਭਾਈ ਜਿਹੜੀ ਇੱਕ ਰਿਐਲਿਟੀ ਹੁੰਦੀ ਹੈ ਨਾ ਜਦੋਂ ਕੋਈ ਵੀ ਗੱਲ ਕਿਸੇ ਦੇ ਨਾਲ ਹੋਈ ਬੀਤੀ ਹੋਵੇ ਆਪਾਂ ਉਹਦੇ ਸਾਹਮਣੇ ਜਾ ਕੇ ਉਹ ਗੀਤ ਦੇ ਥਰੂ ਪ੍ਰੈਜ਼ੈਂਟ ਕਰ ਦਈਏ ਅਗਲਾ ਕਹਿੰਦਾ ਯਾਰ ਹਾਂ ਇਹ ਗੱਲ ਮੇਰੇ ਨਾਲ ਹੋਈ ਆ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਭਾਅ ਜੀ ਤੁਹਾਡੇ ਆਉਣ ਵਾਲੇ ਨੈਕਸਟ ਪ੍ਰੋਜੈਕਟ ਦੀ ਹੈ ਨਾ ਅਤੇ ਹੁਣ ਅਗਲਾ ਪ੍ਰੋਜੈਕਟ ਕੀ ਲੈ ਕੇ ਆ ਰਹੇ ਹੋ ਸਾਡੇ ਦਰਸ਼ਕਾਂ ਦੇ ਲਈ ਸਾਡੀ ਇਹੀ ਕੋਸ਼ਿਸ਼ ਆ ਕਿ ਕੋਈ ਵੀ ਪ੍ਰੋਜੈਕਟ ਕਰੀਏ ਪਰਮਾਤਮਾ ਕਿਰਪਾ ਕਰੇ ਸਾਡੀ ਇੱਕੋ ਕੋਸ਼ਿਸ਼ ਆ ਇੱਕੋ ਸੋਚ ਆ ਕਿ ਆਪਣੇ ਗਾਣੇ ਦੇ ਵਿੱਚ ਹਥਿਆਰ ਨੂੰ ਜਾਂ ਨਸ਼ੇ ਨੂੰ ਨਹੀਂ ਪ੍ਰਮੋਟ ਕੀਤਾ ਜਾਊਗਾ ਜੇ ਬਾਈ ਦਵੇ ਹਥਿਆਰ ਨੂੰ ਪ੍ਰਮੋਟ ਕਰਨਾ ਵੀ ਪਿਆ ਉਹ ਕਿਸੇ ਇੱਦਾਂ ਦੀ ਚੀਜ਼ ਨੂੰ ਲੈ ਕੇ ਆਵਾਂਗੇ ਕਿ ਕਿਸੇ ਅਣਖੀ ਬੰਦੇ ਦੀ ਗੱਲ ਕੀਤੀ ਜਾਊਗੀ ਕਿਸੇ ਯੋਧੇ ਦੀ ਕਿਸੇ ਸੂਰਮੇ ਦੀ ਨਾ ਕਿ ਉਸ ਬੰਦੇ ਦੀ ਕਿ ਜਿਹੜਾ ਨਜਾਇਜ਼ ਕਿਸੇ ਦਾ ਬੰਦਾ ਮਾਰ ਦੇ ਠੀਕ ਆ ਜੀ ਅਤੇ ਇੱਕ ਕੋਸ਼ਿਸ਼ ਇਹ ਰਹੂਗੀ ਕਿ ਸੱਭਿਆਚਾਰ ਦੇ ਦਾਇਰੇ 'ਚ ਰਹਿ ਕੇ ਆਪਣਾ ਹਰ ਇੱਕ ਟਰੈਕ ਕਰੀਏ ਸਲਾਮ ਹੈ ਭਾਅ ਜੀ ਤੁਹਾਡੀ ਦੋਵਾਂ ਦੀ ਸੋਚ ਨੂੰ ਕਿ ਤੁਸੀਂ ਇੰਨੀ ਘੱਟ ਉਮਰ ਦੇ ਵਿੱਚ ਇੰਨੀ ਵਧੀਆ ਗੱਲਾਂ ਕਰਦੇ ਹੋ ਅਤੇ ਇਸੇ ਦੇ ਨਾਲ ਅੱਜ ਦਾ ਇਹ ਐਪੀਸੋਡ ਅਸੀਂ ਇੱਥੇ ਅੱਜ ਖਤਮ ਕਰਦੇ ਹਾਂ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਲਵਚੰਦਨ ਕੇ ਜੀ ਅਤੇ ਦੇਵ ਸੰਧੂ ਭਾਅ ਜੀ ਤੁਹਾਡਾ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਸਾਡੇ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਸਾਡੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਇਸੇ ਦੇ ਨਾਲ ਸਤਿ ਸ਼੍ਰੀ ਅਕਾਲ ਜੀ